ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਸਾਡੇ ਪੁਲਿਸ ਸਿਸਟਮ ਦੇ ਲੱਛਣਾਂ ਦਾ ਪ੍ਰਗਟਾਵਾ ਕਰਦੀ ਨਜ਼ਰ ਆ ਰਹੀ ਹੈ, ਜਿਸ ਵਿੱਚ ਇਹ ਮੁੰਡਾ ਜਲੇਬੀ ਵਾਲੀ ਉਹੀ ਗੱਲ ਦੱਸ ਰਿਹਾ ਹੈ ਜਿਸ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਨ ਬਦਲੇ ਇਸ ਕੋਲੋਂ 1 ਕਿਲੋ ਜਲੇਬੀ ਜਾਂ ਫਿਰ ਬਾਲੋ ਸ਼ਾਹੀਆਂ ਦੀ ਡਿਮਾਂਡ ਕੀਤੀ ਹੈ। ਮਾਮਲਾ ਹਾਪੁੜ ਦੇ ਥਾਣਾ ਬਹਾਦਰਗੜ੍ਹ ਅਧੀਨ ਪੈਂਦੇ ਪਿੰਡ ਘਨੌਰ ਦਾ ਦੱਸਿਆ ਜਾ ਰਿਹਾ, ਜਿੱਥੇ ਦਾ ਰਹਿਣ ਵਾਲਾ ਇਹ ਮੁੰਡਾ ਚੰਚਲ ਕੁਮਾਰ ਲੰਘੀ ਸ਼ਾਮ ਦਵਾਈ ਲੈਣ ਲਈ ਕੁੱਟੀ ਗਿਆ ਸੀ, ਜਿੱਥੇ ਉਹਦਾ ਮੋਬਾਈਲ ਗੁਆਚ ਗਿਆ। ਫਿਰ ਜਦ ਉਹ ਸ਼ਿਕਾਇਤ ਕਰਾਉਣ ਲਈ ਥਾਣੇ ਪਹੁੰਚਿਆ ਤਾਂ ਮੁਲਾਜ਼ਮ ਨੇ ਸ਼ਿਕਾਇਤ ਦਰਜ ਕਰਾਉਣ ਬਦਲੇ 1 ਕਿਲੋ ਜਲੇਬੀ ਜਾਂ ਫਿਰ ਬਾਲੋ ਸ਼ਾਹੀਆਂ ਦੀ ਮੰਗ ਕਰ ਲਈ। ਖੈਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ। ਬਿਊਰੋ ਰਿਪੋਰਟ, SMZ ਨਿਊਜ਼। ਲੈਣ ਵਾਲੇ ਇਹ ਥਾਣੇ ਆਏ ਤੇ ਕਿਆ ਮਾਮਲਾ ਤਾ? ਅੱਛਾ, ਮੋਬਾਈਲ ਅੱਛਾ ਅੱਛਾ, ਤਾਂ ਆਪ ਥਾਣੇ ਆਏ ਤਹਿਰੀਰ ਲੈ ਕੇ, ਤੋ ਕਿਆ ਕਹਾ ਇਹਨਾਂ ਨੇ? ਸਰ, ਇਹਨਾਂ ਨੇ ਐਪਲੀਕੇਸ਼ਨ ਮੰਗੀ, ਲਿਖ ਕੇ ਦੇ ਦੀ ਮੈਨੇ, ਉਸ ਕੇ ਬਾਅਦ ਥੋੜਾ ਮੀਠਾ ਮੰਗਾਇਆ, ਬੋਲੇ ਚਾਰਜ ਲਗੇਗਾ, 1 ਕਿਲੋ ਬਾਲੂ ਸਹੀ ਆ, ਜਲੇ ਵੀ ਕੁਛ ਵੀ ਲੈ ਆਓ। ਤਾਂ ਉਸ ਕੇ ਬਾਅਦ ਮੋਹਰ ਲਗੇ, ਮੋਹਰ ਮਾਰੀ ਹੈ। ਉਸ ਕੇ ਬਾਅਦ ਮੈਨੇ ਮੀਠਾ ਲਾਇਆ, ਜਦ ਮੋਹਰ ਲਗਾਈ ਹੈ।